ਸੋਸ਼ਲ ਮੀਡੀਆ ਰਾਹੀਂ ਜੁੜੇ ਸਾਰੇ ਵਿਊਅਰਸ ਦਾ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਰਿਕੀ ਸੰਧੂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਤੋਂ। ਅੱਜ ਦਾ ਲਾਈਵ ਇੱਕ ਬੜਾ ਇੰਪੋਰਟੈਂਟ ਲਾਈਵ ਹੈ, ਇੱਕ ਬੜੇ ਇੰਪੋਰਟੈਂਟ ਵਿਸ਼ੇ ਦੇ ਉੱਤੇ ਚਰਚਾ ਹੋਣ ਜਾ ਰਿਹਾ। ਸੋ ਓਮ ਗਲੋਬਲ ਵੱਲੋਂ ਸੈਮੀਨਾਰਸ ਅਰੇਂਜ ਕੀਤੇ ਜਾ ਰਹੇ ਆ ਜੀ, ਜੋ ਕਿ 24 ਤਰੀਕ ਅੰਮ੍ਰਿਤਸਰ, 25 ਤਰੀਕ ਜਲੰਧਰ, 26 ਤਰੀਕ ਚੰਡੀਗੜ੍ਹ, 27 ਤਰੀਕ ਪਹੋਵਾ ਅਤੇ 29 ਤਰੀਕ ਨੂੰ ਓਮ ਗਲੋਬਲ ਦੇ ਬਠਿੰਡਾ ਆਫਿਸ ਦੇ ਵਿੱਚ ਹੋਣ ਜਾ ਰਿਹਾ, ਜੋ ਕਿ ਆਸਟ੍ਰੇਲੀਆ ਔਰ UK ਦੇ ਸੰਬੰਧੀ ਸੈਮੀਨਾਰ ਅਰੇਂਜ ਹੋਣ ਜਾ ਰਿਹਾ, ਜਿਸ ਵਿੱਚ ਤੁਸੀਂ ਸਟੂਡੈਂਟ ਵੀਜ਼ਾ ਸੰਬੰਧੀ ਕੋਈ ਵੀ ਸਵਾਲ ਹੈ ਤੁਹਾਡੇ ਜਾਂ ਕੋਈ ਵੀ ਡਾਊਟ ਹੈ, ਤੁਸੀਂ ਉਹ ਕਲੀਅਰ ਕਰ ਸਕਦੇ ਹੋ। ਇੱਕ ਬੜਾ ਚੰਗਾ ਉਪਰਾਲਾ ਜਿਹੜਾ ਕੀਤਾ ਗਿਆ। ਸੋ ਸੈਮੀਨਾਰਸ ਰੱਖਣ ਦਾ ਮੇਨ ਕਾਰਨ ਇਹੀ ਹੈ ਕਿ ਅੱਜ ਕੱਲ੍ਹ ਜਿਹੜੀ ਚੀਜ਼ ਦੇਖਣ ਨੂੰ ਆ ਰਹੀ ਹੈ ਜਾਂ ਮੋਸਟਲੀ ਸਟੂਡੈਂਟਸ ਨੂੰ ਅਸੀਂ ਮਿਲਦੇ ਹਾਂ, ਸਟੂਡੈਂਟ ਨਾ ਬੜਾ ਫਰੋਡ ਹੋ ਰਿਹਾ ਔਰ ਕਈ ਕੰਸਲਟੈਂਟਸ, ਕਈ ਕਾਉਂਸਲਰਸ ਇੱਦਾਂ ਦੇ ਹੈ ਕਿ ਸਟੂਡੈਂਟ ਨੂੰ ਗਲਤ ਗਾਈਡ ਕਰ ਰਹੇ ਹੈ, ਜਿਸ ਕਰਕੇ ਸਟੂਡੈਂਟ ਬੜਾ ਪਰੇਸ਼ਾਨ ਹੈ। ਸੋ ਇਸ ਚੀਜ਼ ਨੂੰ ਲੈ ਕੇ ਸੈਮੀਨਾਰ ਅਰੇਂਜ ਕੀਤੇ ਗਏ ਜੀ। ਡੇਟਸ ਤੁਹਾਨੂੰ ਆਲਰੇਡੀ ਕਲੀਅਰ ਹੈ। ਸੋ ਜਿਹੜੇ ਵੀ ਨੀਅਰ ਬਾਏ ਬ੍ਰਾਂਚ ਵਿੱਚ ਤੁਸੀਂ ਓਮ ਗਲੋਬਲ ਦੇ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰ ਸਕਦੇ ਹੋ, ਆਪਣੇ ਪਰਿਵਾਰ ਦੇ ਨਾਲ ਆ ਸਕਦੇ ਹੋ, ਵੀਜ਼ਾ ਸੰਬੰਧੀ ਸਾਰੇ ਸਵਾਲਾਂ ਦੇ ਜਵਾਬ ਲੈ ਸਕਦੇ ਹੋ। ਸੋ ਅੱਜ ਆਪਾਂ ਗੱਲ ਕਰਾਂਗੇ ਜੀ UK ਅਤੇ ਆਸਟ੍ਰੇਲੀਆ ਦੇ ਬਾਰੇ। ਸੋ ਜਿਹੜੇ ਐਪਲੀਕੈਂਟਸ UK ਸਪਾਊਸ ਐਪਲੀਕੇਸ਼ਨ ਕਰਨਾ ਚਾਹੁੰਦੇ ਜਾਂ ਸਿੰਗਲ ਅਪਲਾਈ ਕਰਨਾ ਚਾਹੁੰਦੇ ਆ, ਸੋ ਉਹ ਅਪਲਾਈ ਕਰ ਸਕਦੇ ਆ, ਵਿਦ ਆਇਲਸ ਅਪਲਾਈ ਕਰ ਸਕਦੇ ਹੋ, ਵਿਦਆਊਟ ਆਇਲਸ ਅਪਲਾਈ ਕਰ ਸਕਦੇ ਹੋ। ਅਤੇ ਆਸਟ੍ਰੇਲੀਆ ਦੀ ਗੱਲ ਕਰਦੇ ਹਾਂ, ਪਲੱਸ ਟੂ ਐਪਲੀਕੈਂਟਸ ਜਿਹੜੇ ਆ ਸਪਾਊਸ ਵੀਜ਼ਾ, ਜੋ ਕਿ ਹਰ ਇੱਕ ਏਜੰਟ ਜਿਹਨੂੰ ਨਾ ਕਰਦਾ ਕਿ ਦੋਨੋਂ ਐਪਲੀਕੈਂਟਸ ਗ੍ਰੈਜੂਏਟ ਚਾਹੀਦੇ ਆ। ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਇੱਦਾਂ ਦੀ ਕੰਪਨੀ ਹੈ ਜਿਹੜੇ ਪਲੱਸ ਟੂ ਬੇਸਿਸ ਦੇ ਉੱਪਰ ਸਪਾਊਸ ਕੇਸ ਲਗਵਾ ਕੇ ਦਊਗਾ। ਜੇ ਕੋਈ ਮੇਨ ਐਪਲੀਕੈਂਟ ਗ੍ਰੈਜੂਏਟ ਹੈ, ਉਹਦਾ ਸਪਾਊਸ ਪਲੱਸ ਟੂ ਹੈ, ਤੁਸੀਂ ਓਮ ਗਲੋਬਲ ਕੋ ਆਓ, ਸੇਮ ਡੇ ਦੋਨੋਂ ਫਲਾਈਟ ਕਰ ਸਕਦੇ ਹੋ, ਸਪਾਊਸ ਵੀਜ਼ਾ ਅਪਲਾਈ ਕਰ ਸਕਦੇ ਹੋ। ਔਰ ਅਗਰ ਤੁਸੀਂ ਪਲੱਸ ਟੂ ਵੀ ਹੋ ਤਾਂ ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਐਸੀ ਕੰਪਨੀ ਹੈ ਜਿਹੜਾ ਤੁਹਾਨੂੰ ਆਸਟ੍ਰੇਲੀਆ ਸਪਾਊਸ ਵੀਜ਼ਾ ਲਗਵਾ ਕੇ ਦੇਗਾ। ਸੈਮੀਨਾਰ ਦੀ ਡੇਟ ਇੱਕ ਵਾਰ ਦੁਬਾਰਾ ਦੱਸਣਾ ਚਾਹੂੰਗਾ, 24 ਤਰੀਕ ਜੋ ਕਿ ਕੱਲ੍ਹ ਸੈਮੀਨਾਰ ਦੀ ਸਟਾਰਟਿੰਗ ਹੋਣ ਜਾ ਰਹੀ ਹੈ, ਅੰਮ੍ਰਿਤਸਰ ਬ੍ਰਾਂਚ ਦੇ ਵਿੱਚ ਪਹਿਲਾ ਸੈਮੀਨਾਰ ਹੋਣ ਜਾ ਰਿਹਾ। ਜਿਹੜੇ ਵੀ ਨੀਅਰ ਬਾਏ ਲੋਕੇਸ਼ਨਸ ਹੈਗੇ ਆ, ਆਪਣੇ ਪਰਿਵਾਰ ਦੇ ਨਾਲ ਓਮ ਗਲੋਬਲ ਦੇ ਆਫਿਸ ਦੇ ਵਿੱਚ ਵਿਜ਼ਿਟ ਕਰਕੇ ਆਪਣੇ ਵੀਜ਼ਾ ਸੰਬੰਧੀ ਜਾਣਕਾਰੀ ਲੈ ਸਕਦੇ ਆ ਅਤੇ ਆਸਟ੍ਰੇਲੀਆ, UK ਜਾਂ ਹੋਰ ਕੰਟਰੀਆਂ ਦੇ ਵਿੱਚ ਜਾ ਕੇ ਆਪਣਾ ਪੜ੍ਹਾਈ ਕਰਨ ਦਾ ਸੁਪਨਾ ਪੂਰਾ ਕਰ ਸਕਦੇ ਆ। ਸੋ ਇਸ ਤੋਂ ਅਲਟਰਨੇਟ ਗੱਲ ਕਰਦੇ ਹਾਂ, UK ਸਟੂਡੈਂਟ ਵੀਜ਼ਾ ਵਿਦ ਆਇਲਸ ਐਪਲੀਕੈਂਟਸ ਜਾਂ ਵਿਦਆਊਟ ਆਇਲਸ ਐਪਲੀਕੇਸ਼ਨਸ ਆ। ਬੜਾ ਸਵਾਲ ਰਹਿੰਦਾ ਸਟੂਡੈਂਟਸ ਦੇ ਜਹਿਨ ਦੇ ਵਿੱਚ ਵੀ ਕਿ ਸਰ ਵਿਦਆਊਟ ਆਇਲਸ ਐਪਲੀਕੇਸ਼ਨ ਲਗਾਉਣਾ ਚਾਹੁੰਦੇ, ਬਟ ਕਾਫੀ ਕੰਸਲਟੈਂਟਸ ਆ ਜਿਹੜੇ ਇਸ ਚੀਜ਼ 'ਚ ਖਰੇ ਨਹੀਂ ਉੱਤਰ ਮੰਨਦੇ, ਸਟੂਡੈਂਟਸ ਨੂੰ ਚੰਗੀ ਗਾਈਡੈਂਸ ਨਹੀਂ ਦਿੱਤੀ ਜਾਂਦੀ। ਸਟੂਡੈਂਟ ਕੋਈ ਵੀ ਆਉਂਦਾ, ਚਾਹੇ ਉਹ ਆਇਲਸ ਵਾਲਾ ਐਪਲੀਕੈਂਟ ਹੈ ਜਾਂ ਵਿਦਆਊਟ ਆਇਲਸ ਐਪਲੀਕੈਂਟ ਹੈ, ਜਨਰਲ ਜੀ ਚੀਜ਼ ਜਾਂ ਜਨਰਲ ਜੇ ਕੁਸ਼ਚਨਸ ਦੇ ਦਿੰਦੇ ਆ ਕਿ ਤੁਸੀਂ ਇਹ ਤਿਆਰੀ ਕਰ ਲਓ, ਤੁਹਾਡਾ ਇੰਟਰਵਿਊ ਕਲੀਅਰ ਹੋ ਜਾਏਗਾ। ਬਟ ਕਈ ਵਾਰ ਪ੍ਰੋਬਲਮ ਆਉਂਦੀ ਹੈ ਕਿ ਪੰਜਾਬ ਦੇ ਐਪਲੀਕੇਸ਼ਨਸ ਦੇ ਵਿੱਚ ਸਟੂਡੈਂਟ ਕਹਿੰਦਾ ਸਰ ਮੇਰੀ ਇੰਟਰਵਿਊ ਕਲੀਅਰ ਨਹੀਂ ਹੋ ਰਹੀ। ਇੱਕ ਤਰੀਕੇ ਦੇ ਨਾਲ ਐਪਲੀਕੇਸ਼ਨ ਨੂੰ ਪ੍ਰੋਸੈਸ ਕੀਤਾ ਜਾਏ, ਇੱਕ ਤਰੀਕੇ ਦੇ ਨਾਲ ਸਟੂਡੈਂਟ ਨੂੰ ਗਾਈਡ ਕੀਤਾ ਜਾਏ, ਚੰਗੀ ਪ੍ਰਿਪਰੇਸ਼ਨ ਦਿੱਤੀ ਜਾਏ, ਤਾਂ ਵਿਦਆਊਟ ਆਇਲਸ ਵੀ ਵੀਜ਼ਾ ਗ੍ਰਾਂਟ ਹੋ ਜਾਂਦੇ ਆ, ਕ੍ਰੈਡੀਬਿਲਟੀ ਇੰਟਰਵਿਊ ਨਿਕਲ ਜਾਂਦੀ ਹੈ। ਕੁਛ ਜ਼ਿਆਦਾ ਵੱਡੀ ਚੀਜ਼ ਨਹੀਂ ਹੁੰਦੀ। ਸਟੂਡੈਂਟ ਨੂੰ ਇਹੀ ਪੁੱਛਿਆ ਜਾਂਦਾ ਕਿ ਤੁਸੀਂ UK ਕਿਉਂ ਜਾਣਾ ਚਾਹੁੰਦੇ ਹੋ, ਇਸ ਕੋਰਸ 'ਚ ਕਿਉਂ ਜਾਣਾ ਚਾਹੁੰਦੇ ਹੋ, ਇਸ ਯੂਨੀਵਰਸਿਟੀ 'ਚ ਕਿਉਂ ਜਾਣਾ ਚਾਹੁੰਦੇ ਹੋ, ਜਾਂ ਫਿਰ ਤੁਹਾਡੇ ਫਾਈਨੈਂਸ਼ੀਅਲ ਸਰਕਮਸਟਾਂਸਿਸ ਕੀ ਹੈਗੇ ਆ, ਤੁਸੀਂ ਕਿੱਦਾਂ ਅਫੋਰਡ ਕਰ ਸਕਦੇ ਹੋ ਆਪਣੀ ਐਜੂਕੇਸ਼ਨ ਨੂੰ। ਇਹਦੇ ਸੰਬੰਧਿਤ ਦੇ ਵਿੱਚ ਕੁਸ਼ਚਨਸ ਪੁੱਛੇ ਜਾਂਦੇ ਆ, ਜੋ ਕਿ 8 ਤੋਂ 10 ਮਿੰਟ ਦੀ ਇੰਟਰਵਿਊ ਹੁੰਦੀ ਹੈ, ਈਜ਼ੀਲੀ ਵਿਦਆਊਟ ਆਇਲਸ ਬੱਚਾ ਕਲੀਅਰ ਕਰ ਲੈਂਦਾ। ਆਸਟ੍ਰੇਲੀਆ ਦੀ ਐਪਲੀਕੇਸ਼ਨਸ ਜਿਹੜੇ ਆ ਕਿ ਸਿੰਗਲ ਐਪਲੀਕੈਂਟਸ, ਜਿਹੜੇ ਆਖਰੀ ਮੌਕਾ ਉਹ ਐਪਲੀਕੈਂਟਸ ਦੇ ਲਈ ਜਿਹੜੇ 2021 ਪਾਸ ਆਊਟ ਹੈ। ਸੋ ਨਵੰਬਰ ਇਨਟੇਕ ਲਈ ਤੁਸੀਂ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ, ਫੈਬ ਇਨਟੇਕ ਦੇ ਲਈ ਆਪਣੀ ਐਪਲੀਕੇਸ਼ਨ ਨੂੰ ਪ੍ਰੋਸੈਸ ਕਰ ਸਕਦੇ ਹੋ। ਗ੍ਰੈਜੂਏਟ ਐਪਲੀਕੈਂਟ ਜਿਹੜੇ ਆ 2016 ਔਨਵਰਡ, 6.5 ਬੈਂਡ ਹੈ, ਖੁੱਲ੍ਹਾ ਸੱਦਾ ਇਹਨਾਂ ਐਪਲੀਕੈਂਟਸ ਦੇ ਨੂੰ। ਕਈ ਆਸਟ੍ਰੇਲੀਆ ਦੇ ਐਪਲੀਕੈਂਟਸ ਇੱਦਾਂ ਦੇ ਆ ਕਿ 3-3, 4-4 ਮਹੀਨੇ ਤੋਂ GT ਨਹੀਂ ਬੱਚਿਆਂ ਦੀ ਕਲੀਅਰ ਹੋ ਪਾਈ, ਜਾਂ ਫਿਰ ਕਿਸੇ ਦੀ COE ਨਹੀਂ ਆ ਰਹੀ, ਜਾਂ ਕਿਸੇ ਦੀ ਆਫਰ ਲੈਟਰ ਨਹੀਂ ਆ ਰਹੀ। ਓਮ ਗਲੋਬਲ ਐਜੂਕੇਸ਼ਨ ਸਰਵਿਸਿਜ਼ ਦੇ ਥਰੂ ਐਪਲੀਕੇਸ਼ਨ ਨੂੰ ਪ੍ਰੋਸੈਸ ਕਰਦੇ ਹੋ, 15 ਦਿਨ 'ਚ ਫਾਈਲ ਨੂੰ ਆਪਣੀ ਅੰਬੈਸੀ 'ਚ ਲਗਾ ਸਕਦੇ ਹੋ। ਅਤੇ UK ਜਾਣ ਵਾਲੇ ਜਿਹੜੇ ਐਪਲੀਕੈਂਟਸ ਹੈਗੇ ਆ, ਜਿਨ੍ਹਾਂ ਨੂੰ ਡਰ ਹੈ ਕਿ ਇੰਟਰਵਿਊ ਕਲੀਅਰ ਨਹੀਂ ਹੋ ਸਕਦੀ, ਨੀਅਰਲੀ ਬ੍ਰਾਂਚ ਵਿੱਚ ਤੁਸੀਂ ਵਿਜ਼ਿਟ ਕਰ ਸਕਦੇ ਹੋ। ਸੋ ਜਿਹੜੇ ਐਪਲੀਕੈਂਟਸ ਕੱਲ੍ਹ ਅੰਮ੍ਰਿਤਸਰ ਆਫਿਸ 'ਚ ਵਿਜ਼ਿਟ ਕਰਨਾ ਚਾਹੁੰਗੇ, ਓਮ ਗਲੋਬਲ ਦੀ ਮਾਹਰ ਟੀਮ ਅਵੇਲੇਬਲ ਹੋਏਗੀ, ਤੁਸੀਂ ਟੀਮ ਨੂੰ ਮਿਲ ਕੇ ਆਪਣੇ ਪਰਿਵਾਰ ਦੇ ਨਾਲ ਆਓ ਅਤੇ ਸਾਰੇ ਡਾਕੂਮੈਂਟੇਸ਼ਨ ਨੂੰ ਨਾਲ ਲੈ ਕੇ ਆਓ। ਮੌਕੇ 'ਤੇ ਆਪਣਾ ਹੀ ਆਪਸ਼ਨਸ ਲੈ ਸਕਦੇ ਹੋ, ਪ੍ਰੋਫਾਈਲ ਦੀ ਅਸੈਸਮੈਂਟ ਕਰਾ ਸਕਦੇ ਹੋ। ਸੋ ਅੱਜ ਦੇ ਲਈ ਇਹੀ ਜਿਹੜਾ ਟਾਈਮ ਆ, ਬੜਾ ਇੰਪੋਰਟੈਂਟ ਟਾਈਮ ਹੈ। ਸੋ ਜਨਵਰੀ ਇਨਟੇਕ ਦੇ ਲਈ ਤੁਸੀਂ UK ਲਈ ਜਾ ਸਕਦੇ ਹੋ। ਸੋ ਜਿਹੜੇ ਵੀ ਐਪਲੀਕੈਂਟਸ ਦੇ ਸਵਾਲ ਹੈ ਜਾਂ ਕੋਈ ਵੀ ਡਾਊਟ ਹੈ, ਓਮ ਗਲੋਬਲ ਦੇ ਨਜ਼ਦੀਕੀ ਆਫਿਸਾਂ ਦੇ ਵਿੱਚ ਪਹੁੰਚ ਕੇ ਆਪਣੇ ਮਾਹਿਰ ਟੀਮ ਨਾਲ, ਐਕਸਪਰਟ ਟੀਮ ਦੇ ਨਾਲ ਡਿਸਕਸ਼ਨ ਕਰਕੇ ਆਪਣੇ ਸੁਪਨੇ ਨੂੰ ਪੂਰਾ ਕਰ ਸਕਦੇ ਹੋ। ਅੱਜ ਦੇ ਲਈ ਧੰਨਵਾਦ।